द खालस टीवी ते मैं अतर सिंह तुहाडा सब दा स्वागत करदा। देश विदेश तो अज दियां खास खबरां। ਗੈਂਗਸਟਰਾਂ ਨਾਲ ਯਾਰੀ ਦੋਸਤੀ ਤੇ ਲੜਾਈ, ਅਕਾਲੀਆਂ ਤੇ ਕਾਂਗਰਸੀਆਂ ਨੂੰ ਪਏਗੀ ਭਾਰੀ। ਗੈਂਗਸਟਰ ਦਾ ਠੱਪਾ ਲੱਗਣ ਵਾਲੇ ਬਿੱਟੂ ਸਰਪੰਚ ਨੇ ਕਿਹਾ ਕਿ ਗੈਂਗਸਟਰ ਕਹਿਣ ਵਾਲਿਆਂ ਤੇ ਮਾਣਹਾਨੀ ਠੋਕੂੰਗਾ, ਮੈਂ ਹਰ ਕੇਸ 'ਚੋਂ ਬਰੀ ਹੋ ਚੁੱਕਿਆ ਹਾਂ। ਅਸੀਂ ਤਾਂ ਕੈਪਟਨ ਸਾਹਿਬ ਦੀਆਂ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਪਤਾ ਫੜ ਕੇ ਕਸਮ ਖਾਧੀ ਵੀ ਅਸੀਂ ਮਹੀਨੇ ਦੇ ਵਿੱਚ ਨਸ਼ੇ ਖਤਮ ਕਰਾਂਗੇ, ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਫੜਾਂਗੇ। ਅਸੀਂ ਤਾਂ ਸਿੱਖ ਹੋਣ ਦੇ ਨਾਤੇ ਅਸੀਂ ਵਿਸ਼ਵਾਸ ਕਰਦੇ ਹਾਂ, ਜਦੋਂ ਕੋਈ ਸਾਡੇ ਇਸ਼ਟ ਦੀ ਸਾਡੇ ਧਰਮ ਦੀ ਕਸਮ ਖਾਂਦਾ ਤਾਂ ਅਸੀਂ ਤਾਂ ਉਸ ਤੇ ਕੁਰਬਾਨ ਹੋ ਜਾਂਦੇ, ਅਸੀਂ ਤਾਂ ਸਮਝਿਆ ਵੀ ਬਸ ਸਭ ਕੁਝ ਹੋ ਗਿਆ। ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਦੀਆਂ ਕਥਿਤ ਗੈਂਗਸਟਰ ਬਿੱਟੂ ਸਰਪੰਚ ਨਾਲ ਤਸਵੀਰਾਂ ਕੀਤੀਆਂ ਸੀ ਜਾਰੀ। ਗੈਂਗਸਟਰ ਅਤੇ ਸਿਆਸਤਦਾਨਾਂ ਵਿਚਾਲੇ ਕਥਿਤ ਸਬੰਧਾਂ ਦੀ ਜਾਂਚ ਲਈ DGP ਪੰਜਾਬ ਨੂੰ ਦਿੱਤੇ ਆਦੇਸ਼। ਸ਼੍ਰੋਮਣੀ ਅਕਾਲੀ ਦਲ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਕਥਿਤ ਗੈਂਗਸਟਰਾਂ ਹਰਜਿੰਦਰ ਬਿੱਟੂ ਅਤੇ ਪ੍ਰਦੀਪ ਸੰਧੂ ਨਾਲ ਫੋਟੋ ਜਾਰੀ ਕਰਕੇ ਕਿਹਾ ਸੀ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਦਾ ਕੈਪਟਨ। 9 ਦਸੰਬਰ ਨੂੰ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਕੀਤਾ ਗਿਆ ਪਾਸ। ਮਾਨ ਨੇ ਇਸ ਬਿੱਲ ਨੂੰ ਸੰਵਿਧਾਨ ਦਾ ਦਿੱਤਾ ਕਤਲ ਕਰਾਰ। ਨਾਗਰਿਕਤਾ ਬਿੱਲ ਤੇ ਮਾਨ ਨੇ ਸੰਘ ਲੀਡਰਾਂ ਨੂੰ ਸੁਣਾਈਆਂ ਖੜੀਆਂ। ਭੀਮ ਰਾਓ ਅੰਬੇਡਕਰ ਜੀ ਕਾ ਸੰਵਿਧਾਨ ਹੈ, ਉਸਕਾ ਯੇ ਕਤਲ ਹੋ ਰਹਾ ਹੈ ਇਸ ਬਿੱਲ ਕੇ ਜ਼ਰੀਏ। ਮੈਮ ਆਜ਼ਾਦੀ ਕੇ ਬਾਅਦ ਕਿਸੀ ਕੋ ਵੀ ਧਰਮ ਕੇ ਨਾਮ ਪਰ ਸਿਟੀਜ਼ਨਸ਼ਿਪ ਨਹੀਂ ਮਿਲੀ। ਮਾਨ ਦੀ ਇੱਕ ਵਾਇਰਲ ਹੋਈ ਵੀਡੀਓ 'ਚ BJP ਨੇ ਮਾਨ ਤੇ ਨਸ਼ੇ 'ਚ ਸਪੀਚ ਦੇਣ ਦੇ ਲਾਏ ਸਨ ਇਲਜ਼ਾਮ ਅਤੇ ਭਗਵੰਤ ਮਾਨ ਦੇ ਨਾਰਕੋ ਟੈਸਟ ਦੀ ਕੀਤੀ ਸੀ ਮੰਗ। BJP ਦੇ ਇੱਕ MP ਨੇ ਮਾਨ ਦਾ ਸੁੰਘਿਆ ਸੀ ਮੂੰਹ, ਪਰ ਐਤਕੀ ਮਾਨ ਨੇ ਪਹਿਲਾਂ ਹੀ BJP ਨੂੰ ਆਪਣਾ ਮੂੰਹ ਸੁੰਘਣ ਲਈ ਆਖ ਦਿੱਤਾ। ਉੜੀਸਾ ਵਿੱਚ ਸਥਿਤ ਗੁਰੂ ਨਾਨਕ ਸਾਹਿਬ ਜੀ ਦੇ ਮੱਠ ਢਾਹੇ ਜਾਂ ਨਾ ਢਾਹੇ ਜਾਣ ਦਾ ਭੰਬਲ ਭੂਸਾ ਬਰਕਰਾਰ। 9 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੋਂ ਬਾਅਦ ਮੰਗੂ ਮੱਠ ਢਾਉਣ ਦੀਆਂ ਖਬਰਾਂ ਨਸ਼ਰ ਹੋਈਆਂ ਸਨ। ਉੜੀਸਾ ਸਰਕਾਰ ਦਾ ਦਾਅਵਾ, ਮੱਠ ਦੇ ਆਲੇ ਦੁਆਲੇ ਗੈਰ ਕਾਨੂੰਨੀ ਉਸਾਰੀਆਂ ਢਾਈਆਂ ਗਈਆਂ ਹਨ। ਉੜੀਸਾ ਸਰਕਾਰ ਦੇ ਦਾਅਵੇ ਤੋਂ ਬਾਅਦ ਕੁਝ TV ਚੈਨਲਾਂ ਨੇ ਕੈਪਟਨ ਦੇ ਟਵੀਟ 'ਤੇ ਚੁੱਕੇ ਸਵਾਲ। ਜਗਨਨਾਥ ਪੁਰੀ ਤੋਂ ਜਗਦੀਪ ਸਿੰਘ ਨਾਂ ਦੇ ਸਿੱਖ ਨੇ ਵੀ ਲਾਈਵ ਹੋ ਕੇ ਮੰਗੂ ਮੱਠ ਨੂੰ ਢਾਉਣ ਦਾ ਕੀਤਾ ਦਾਅਵਾ। ਆਤਮਾ ਜਿਹੜੀ ਹੈ ਕੁਰਲਾ ਰਹੀ ਹੈ, ਅੱਜ ਆਪ ਜੀ ਆਪਣੇ ਸਾਹਮਣੇ ਦੇਖ ਸਕਦੇ ਹੋ ਦਾਸ ਜਗਦੀਪ ਸਿੰਘ ਜਗਨਨਾਥ ਪੁਰੀ ਮੰਗੂ ਮੱਠ ਗੁਰੂ ਨਾਨਕ ਸਾਹਿਬ ਦੀ ਚਰਨ ਤੋਂ ਬਰਾਬਰ ਸਥਾਨ ਤੋਂ ਲਾਈਵ ਆਪ ਜੀ ਨੂੰ ਇਹ ਸਭ ਦਿਖਾ ਰਿਹਾ ਹੈ। ਮੰਗੂ ਮੱਠ ਵਿਖੇ ਗੁਰੂ ਨਾਨਕ ਦੇਵ ਜੀ ਨੇ ਪਾਏ ਸਨ ਚਰਨ। ਦ ਖਾਲਸ TV ਮੰਗੂ ਮੱਠ ਨੂੰ ਢਾਉਣ ਜਾਂ ਨਾ ਢਾਉਣ ਦੀ ਪੁਸ਼ਟੀ ਨਹੀਂ ਕਰਦਾ। ਮੋਦੀ ਸਰਕਾਰ ਦੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਕੌਮਾਂਤਰੀ ਪੱਧਰ ਤੇ ਉੱਠੀ ਆਵਾਜ਼। US ਕਮਿਸ਼ਨ ਨੇ ਕਿਹਾ ਅਮਰੀਕਾ ਸਰਕਾਰ ਅਮਿਤ ਸ਼ਾਹ ਸਮੇਤ ਵੱਡੇ ਲੀਡਰਾਂ ਉੱਤੇ ਪਾਬੰਦੀ ਲਾਉਣ ਤੇ ਕਰੇ ਵਿਚਾਰ। ਕਮਿਸ਼ਨ ਨੇ ਕਿਹਾ ਕਿ ਜੇਕਰ ਇਹ ਬਿੱਲ ਸੰਸਦ ਵਿੱਚ ਪਾਸ ਹੋ ਜਾਂਦਾ ਹੈ ਤਾਂ ਅਮਰੀਕੀ ਸਰਕਾਰ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਪ੍ਰਮੁੱਖ ਆਗੂਆਂ ਉੱਤੇ ਪਾਬੰਦੀ ਲਾਉਣ ਦਾ ਵਿਚਾਰ ਕਰਨਾ ਚਾਹੀਦਾ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਬਿਆਨ ਸਹੀ ਨਹੀਂ ਹੈ, ਨਾ ਹੀ ਇਸ ਦੀ ਕੋਈ ਲੋੜ ਸੀ। ਮਨੁੱਖੀ ਅਧਿਕਾਰ ਦਿਹਾੜੇ ਮੌਕੇ ਪੂਰੀ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੂੰਜ ਰਹੀ ਹੈ ਆਵਾਜ਼। ਭਾਰਤ ਵਿੱਚ 4 ਮਹੀਨੇ ਤੋਂ ਬੰਦ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਜੁਟੇ ਲੋਕ। ਕਸ਼ਮੀਰ ਜਾ ਰਹੇ ਸਿੱਖਾਂ ਨੂੰ ਫੌਜ ਨੇ ਪਠਾਨਕੋਟ ਦੇ ਲਖਨਪੁਰ ਬਾਰਡਰ ਤੇ ਰੋਕਿਆ। ਜਾਂ ਕੁਝ ਲੋਕਾਂ ਦੇ ਵਿੱਚ ਅਵੇਅਰਨੈਸ ਆ ਸਕੇ, ਅਸੀਂ ਇਹ ਸਮਝਦੇ ਹਾਂ ਕਿ ਇਸ ਸਾਲ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦਾ ਘਾਣ ਕਸ਼ਮੀਰੀ ਲੋਕਾਂ ਦਾ ਹੋਇਆ। ਅਸਾਮ ਦੇ ਲੋਕ ਨਾਗਰਿਕਤਾ ਸੋਧ ਬਿੱਲ ਦਾ ਕਰ ਰਹੇ ਨੇ ਤਿੱਖਾ ਵਿਰੋਧ। ਰੋਹਿੰਗੀਆ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਮੁਕੱਦਮੇ 'ਚ ਉਲਝੀ ਮਿਆਂਮਾਰ। ਲੀਡਰ ਅੰਗ ਸਨ ਸੁਕਾਈ ਪੇਸ਼ੀ ਭੂਤਣ ਪਹੁੰਚੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਅਮਰੀਕਾ 'ਚ ਸਿੱਖ ਉਬਰ ਡਰਾਈਵਰ 'ਤੇ ਹੋਇਆ ਨਸਲੀ ਹਮਲਾ, ਯਾਤਰੀ ਨੇ ਗਲਾ ਘੁੱਟ ਕੇ ਜਾਨ ਲੈਣ ਦੀ ਕੀਤੀ ਕੋਸ਼ਿਸ਼। ਘਟਨਾ ਅਮਰੀਕੀ ਸੂਬੇ 'ਚ ਵਾਸ਼ਿੰਗਟਨ ਦੇ ਬਲਿੰਗਮ ਸ਼ਹਿਰ 'ਚ 5 ਦਸੰਬਰ ਨੂੰ ਵਾਪਰੀ। ਪੀੜਤ ਨੇ 911 ਉੱਤੇ ਕਾਲ ਕਰਕੇ ਪੁਲਿਸ ਨੂੰ ਸੱਦਿਆ। ਪੁਲਿਸ ਨੇ 22 ਸਾਲਾ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਅਗਲੇ ਦਿਨ ਮੁਲਜ਼ਮ $13,000 ਜ਼ਮਾਨਤੀ ਮੁਚਲਕੇ 'ਤੇ ਹੋਇਆ ਰਿਹਾ। ਸਾਲ 2017 ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿੱਚ 2% ਹੋਇਆ ਵਾਧਾ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਦ ਖਾਲਸ TV ਨਾਲ ਲਗਾਤਾਰ ਜੁੜੇ ਰਹੋ। ਬਾਦਲਾਂ ਨੂੰ ਚੁਣੌਤੀ ਦੇਣ ਵਾਲੀ ਪੰਥਕ ਅਕਾਲੀ ਲਹਿਰ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਸਫਲ ਕਾਨਫਰੰਸ ਤੋਂ ਬਾਅਦ ਹੁਣ 15 ਦਸੰਬਰ ਨੂੰ ਮਾਝੇ ਵਿੱਚ ਗੁਰਦਾਸਪੁਰ ਦੇ ਕਾਨੂੰਗਣ ਛੰਬ ਵਿੱਚ ਹੋ ਰਹੀ ਜ਼ਿਲ੍ਹਾ ਪੱਧਰੀ ਕਾਨਫਰੰਸ ਵਿੱਚ ਜ਼ਰੂਰ ਪਹੁੰਚੋ। ਸਿੱਧਾ ਪ੍ਰਸਾਰਣ ਖਾਲਸ TV ਦੇ YouTube ਚੈਨਲ ਅਤੇ ਪੰਥਕ ਅਕਾਲੀ ਲਹਿਰ ਦੇ Facebook ਪੇਜ 'ਤੇ।